ਸੈਲੂਨ ਤੋਂ ਆ ਰਹੇ ਇੱਕ ਨੌਜਵਾਨ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਦੱਸਦੀਏ ਕਿ ਘਰ ਦੇ ਵਿੱਚ ਵੜ ਕੇ ਉਸ ਨੌਜਵਾਨ ਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਬਦਮਾਸ਼ਾਂ ਨੇ ਹਮਲਾ ਕੀਤਾ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇਹ ਨੌਜਵਾਨ ਆਪਣੇ ਇੱਕ ਦੋਸਤ ਦੇ ਨਾਲ ਸੈਲੂਨ ਤੋਂ ਵਾਪਿਸ ਆ ਰਿਹਾ ਸੀ ਤਾਂ ਪੁਰਾਣੀ ਰੰਜਿਸ਼ ਦੇ ਕਾਰਨ ਬਦਮਾਸ਼ਾਂ ਦੇ ਵੱਲੋਂ ਇਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਇਹ ਨੌਜਵਾਨ ਆਪਣੀ ਜਾਨ ਬਚਾਉਣ ਦੇ ਲਈ ਇੱਕ ਘਰ ਦੇ ਵਿੱਚ ਵੜਿਆ ਤਾਂ ਉੱਥੇ ਵੀ ਬਦਮਾਸ਼ ਅੰਦਰ ਹੀ ਇਸ ਦੇ ਪਿੱਛੇ ਪਿੱਛੇ ਵੜ ਗਏ ਤੇ ਉਸ ਘਰ ਦੇ ਅੰਦਰ ਵੜ ਕੇ ਇਹਨਾਂ ਬਦਮਾਸ਼ਾਂ ਨੇ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ। ਤੇਜ਼ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਗਏ, ਜਿਸ ਤੋਂ ਬਾਅਦ ਇਹ ਨੌਜਵਾਨ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ ਤੇ ਜਦੋਂ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਤਾਂ ਉੱਥੇ ਜਾ ਕੇ ਇਸਨੇ ਦਮ ਤੋੜ ਦਿੱਤਾ। ਤਾਂ ਕਿਹਾ ਜਾ ਸਕਦਾ ਕਿ ਸ਼ਰੇਆਮ ਨੌਜਵਾਨ ਦਾ ਕਤਲ ਕੀਤਾ ਗਿਆ। 21 ਸਾਲ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਹਰਵਿੰਦਰ ਵਜੋਂ ਇਸਦੀ ਪਹਿਚਾਣ ਹੋਈ ਹੈ, ਜਿਸਦੀ ਕਿ ਕਿਸੇ ਦੇ ਨਾਲ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ ਤੇ ਉਸੇ ਪੁਰਾਣੀ ਰੰਜਿਸ਼ ਨੂੰ ਦੇਖਦੇ ਹੋਏ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਅਤੇ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ, ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਨੂੰ ਕਿ ਮੌਤ ਦੇ ਘਾਟ ਉਤਾਰ ਦਿੱਤਾ, ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ। 21 ਸਾਲ ਦੇ ਹਰਵਿੰਦਰ ਦੀ ਜਾਨ ਲੈ ਲਈ ਹੈ ਤਾਂ ਘਰ ਦੇ ਵਿੱਚ ਵੜਿਆ ਸੀ ਆਪਣੀ ਜਾਨ ਨੂੰ ਬਚਾਉਣ ਦੇ ਲਈ, ਪਰ ਉੱਥੇ ਵੀ ਬਦਮਾਸ਼ ਇਸ ਦੇ ਪਿੱਛੇ ਪਿੱਛੇ ਵੜ ਜਾਂਦੇ ਨੇ ਤੇ ਇਸ ਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਜਾਂਦੇ ਨੇ, ਜਿਸ ਤੋਂ ਬਾਅਦ ਇਸ ਨੌਜਵਾਨ ਦੀ ਵੀ ਮੌਤ ਹੋ ਗਈ ਹੈ। ਇਹ ਸਾਨੂੰ ਸੁਰਜੀਤ ਸਿੰਘ ਜਿਹੜੇ ਹੈਗੇ ਆ, ਜੋ ਮਰਨ ਵਾਲੇ ਹੈਗੇ ਆ, ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਨੇ ਸਾਨੂੰ ਇੱਕ ਬਿਆਨ ਲਿਖਾਇਆ ਹੈਗਾ ਜਿਸ ਵਿੱਚ ਜਿਹੜਾ ਉਹਨਾਂ ਦਾ ਲੜਕਾ ਸੀ, 21 ਸਾਲਾ ਲੜਕਾ ਸੀ ਹਰਵਿੰਦਰ ਸਿੰਘ, ਉਸ ਦੀ ਰਾਤ ਨੂੰ ਕੁਝ ਵਿਅਕਤੀਆਂ ਨਾਲ ਲੜਾਈ ਹੋਈ ਸੀ ਜਿਸ ਵਿੱਚ ਉਸਦਾ ਕਿਰਚਾ ਮਾਰ ਕੇ ਉਹਨਾਂ ਦਾ ਮਰਡਰ ਹੋ ਗਿਆ ਹੈਗਾ, ਜੋ ਸਾਨੂੰ ਹੁਣ ਖਬਰ ਪ੍ਰਾਪਤ ਹੋਈ ਹੈਗੀ ਹੈ। ਜਿਸ ਜੀ ਅੱਗੇ ਫਰਦਰ ਅਸੀਂ ਕਾਰਵਾਈ ਕਰਦੇ ਹੋਏ ਸੁਰਜੀਤ ਸਿੰਘ ਜੀ ਦਾ ਬਿਆਨ ਲਿਖ ਕੇ ਅਸੀਂ ਜਿਸ ਵਿੱਚ ਉਹਨਾਂ ਨੇ 6 ਬੰਦਿਆਂ ਦਾ ਨਾਮ ਲਿਖਾਇਆ ਹੈਗਾ, ਨਾਮ ਜੋ ਦਮਨ ਚੋਪੜਾ, ਸੰਦੀਪ ਸਿੰਘ, ਅਮਨਜੋਤ, ਪੰਕਜ ਚੋਪੜਾ, ਸੀਮਾ ਪਤਨੀ ਪੰਕਜ ਚੋਪੜਾ ਅਤੇ ਗਗਨ ਭੁੱਲਰ, ਇਹ 6 ਜਣੇ ਹੈਗੇ ਆ, ਜਿਨ੍ਹਾਂ ਵਿੱਚੋਂ 4 ਜਣਿਆਂ ਨੇ ਉਹਨਾਂ ਨੇ ਕਿਹਾ ਸੀ ਇਹਨਾਂ ਨੇ ਮਾਰਨ ਵਾਲੇ ਹੈਗੇ ਆ, ਦਮਨ, ਸੰਦੀਪ, ਅਮਨਜੋਤ ਅਤੇ ਗਗਨ, ਅਤੇ ਜਿਹੜੇ 2 ਹੈਗੇ ਆ ਪੰਕਜ ਚੋਪੜਾ ਅਤੇ ਸੀਮਾ, ਇਹਨਾਂ ਨੇ ਰੇਕੀ ਕੀਤੀ ਸੀ ਇਸ ਨੂੰ ਮਾਰਨ ਲਈ। ਕਾਰਨ ਜੋ ਇਹਨਾਂ ਦੇ ਸਾਨੂੰ ਇਹਨਾਂ ਨੇ ਲਿਖਾਇਆ, ਇਹਨਾਂ ਦੀ ਪੁਰਾਣੀ 5-6 ਮਹੀਨੇ ਪਹਿਲਾਂ ਇਹਨਾਂ ਦੀ ਓਲਡ ਐਨਮਿਟੀ ਹੈਗੀ ਹੈ, ਜਿਸ ਕਾਰਨ ਇਹ ਇਹਨਾਂ ਦੀ ਲੜਾਈ ਹੋਈ ਹੈਗੀ ਹੈ। FIR ਜੋ ਅਸੀਂ ਰਜਿਸਟਰ FIR ਨੰਬਰ 107 ਡੇਟਡ 11/7/24 ਅੰਡਰ BNS ਸੈਕਸ਼ਨ 103/191/3/190/61-2 BNS ਇਹਦੇ ਅੰਡਰ ਅਸੀਂ ਇਹ FIR ਰਜਿਸਟਰ ਕੀਤੀ ਹੈਗੀ। ਹਾਂ, ਅਸੀਂ ਇਹਨਾਂ ਵਿੱਚ ਜੋ 5 ਬੰਦੇ ਹੈਗੇ ਐਪਰੀਹੈਂਡ ਕੀਤੇ ਹੈਗੇ, ਵੈਰੀਫਾਈ ਕਰਦੇ ਪਏ ਹੈਗੇ। ਨਹੀਂ, ਅਸੀਂ ਫਰਦਰ ਜਿਹੜੇ ਵੈਰੀਫਾਈ ਕਰਕੇ ਅਸੀਂ ਉਹਦੀ ਡਿਟੇਲ ਤੁਹਾਨੂੰ ਦੱਸਾਂ। ਨਹੀਂ, ਜੋ ਅਸੀਂ ਪਰਿਵਾਰ ਤੱਕ ਕਾਰਵਾਈ ਦੀ ਮੰਗ ਕਰਦਾ ਪਿਆ, ਜੋ ਅਸੀਂ ਕਾਰਵਾਈ ਕਰਦੇ ਪਏ ਹੈਗੇ ਹਾਂ ਅਤੇ ਜਿਹੜੇ ਹੈਗੇ ਮੁਜਰਿਮ ਹੈਗੇ ਆ ਉਹਨਾਂ ਨੂੰ ਅਸੀਂ ਜਲਦੀ ਤੋਂ ਫੜ ਕੇ ਇੱਥੇ ਜੋ ਬਰਾਮਦਗੀ ਕਰਕੇ ਅਸੀਂ ਨਹੀਂ ਅਸੀਂ ਹਜੇ ਐਪਰੀਹੈਂਡ ਕਰਕੇ ਫਰਦਰ ਜੋ ਹੈਗਾ ਅਸੀਂ ਵੈਰੀਫਾਈ ਕਰਕੇ ਜੋ ਰਿਕਵਰੀ ਕਰਵਾਵਾਂਗੇ, ਜਿਸ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਖੰਡਾ, ਕਿਰਪਾਨ ਵਗੈਰਾ ਇਹ ਜਿਹੜੇ ਤਿੱਖੇ ਹਥਿਆਰ ਸੀ ਇਹਨਾਂ ਦੀ ਵਰਤੋਂ ਕਰਕੇ ਇਹ ਮਰਡਰ ਕੀਤਾ ਹੈ। ਇਹ 6 ਜਣੇ 'ਤੇ FIR ਰਜਿਸਟਰ ਕੀਤੀ ਗਈ ਹੈ। ਨਹੀਂ, ਹਜੇ ਸਾਨੂੰ ਪਛਾਤ ਨਹੀਂ ਹੈ। 6 ਜਣੇ ਜੋ ਇਹਨਾਂ ਨੇ ਬਾਈ ਨੇਮ ਲਿਖਾਏ ਹੈਗੇ ਆ, ਜਿਹੜੇ ਇੱਥੋਂ ਦੇ ਹੀ ਰਹਿਣ ਵਾਲੇ ਸੀ। ਮਰਨ ਵਾਲਾ 21 ਸਾਲਾਂ ਦਾ ਬਾਰਬਰ ਸੀ, ਇਹ ਬਾਰਬਰ ਦੀ ਸ਼ੋਪ ਸੀ, 21 ਸਾਲਾਂ ਦਾ ਲੜਕਾ ਸੀ। ਦੱਸੀ ਇਹਨੇ ਤੁਹਾਨੂੰ ਹਜੇ ਐਨੀ ਉਹਨਾਂ ਨੇ ਦੱਸਿਆ ਕਿ ਸਾਨੂੰ ਹੋਰ ਪਤਾ ਲੱਗਿਆ ਜੋ ਸੁਰਜੀਤ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਸੀ ਇਹਨਾਂ ਦੇ ਬੇਟੇ ਨਾਲ, ਅਤੇ ਉਹ ਪੁਰਾਣੀ ਰੰਜਿਸ਼ ਨੂੰ ਚੱਲਦੇ ਹੋਏ ਇਹਨਾਂ ਨੇ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ। ਨਹੀਂ, ਵੈਰੀਫਾਈ ਕਰਦੇ ਜੋ ਇਹਨਾਂ ਨੂੰ ਲੱਗਿਆ ਕਿ ਇਹ ਸ਼ਿਵ ਸੈਨਾ ਨਾਲ ਰਿਲੇਟਡ ਹੈਗਾ ਬੰਦਾ ਜਿਹੜਾ ਹੈਗਾ,
ਅਤੇ ਜੋ ਹੈਗਾ ਜਦੋਂ ਫੜਿਆ ਜਾਊਗਾ ਅਸੀਂ ਪੂਰੀ ਹੈਗੀ ਉਹ ਵੈਰੀਫਾਈ ਕਰਾਂਗੇ।